ਉੱਥੇ ਸਿਕਿਉਰਿਟੀ ਵਾਲੇ ਕਹਿੰਦੇ ਆਪਣੇ ਤੂੰ ਇਕੱਲਾ ਤੁਰਿਆ ਫਿਰਦਾ ਆਪਣੇ ਮਾਂ-ਬਾਪ ਨੂੰ ਲਿਆ ਕਰੋ। ਇੱਕ ਤਾਂ ਆਪਣਾ ਮੈਂ ਪਿਓ ਗਵਾ ਲਿਆ, ਮੇਰੀ ਮਾਂ ਢਿੱਲੀ ਆ ਉਹਨੂੰ ਮੈਂ ਖਿੱਚਦਾ ਫਿਰ ਜਾਊਂਗਾ, ਉਹਨੂੰ ਗਵਾ ਲਵਾਂ ਹੁਣ ਤੁਹਾਡੇ ਕਰਕੇ ਸਾਰੇ ਅਸੀਂ ਕੀ ਆ, ਤੁਸੀਂ ਸਾਤੇ ਤਰਸੇ ਭਾਲ ਦਿਓ ਬਈ, ਤਰਸ ਕਰਾਂਗੇ ਅਤੇ ਆਪਣੇ ਬੁੜੇ ਮਾਂ-ਬਾਪ ਖਿੱਚਦੇ ਫਿਰ ਜਾਓ। ਇੱਥੇ ਗੱਲ ਆਖੀ ਕਿਨੇ ਕਿਨਾਂ ਕੋਈ ਅਫਸਰ ਸਿਕਿਉਰਿਟੀ ਉੱਥੇ ਹੀ ਜਿਹੜੇ ਸਿਕਿਉਰਿਟੀ 'ਚ ਬਾਹਰ ਨੇ ਉਹਨਾਂ ਨੇ ਕਿਹਾ ਸੀ, ਕਹਿੰਦਾ ਤੂੰ ਇਕੱਲਾ ਉਹਨਾਂ ਤੇਤੇ ਕੀ ਇਹਨਾਂ ਨੇ ਤੇਰੀ ਸੁਣਵਾਈ ਕਰਨਗੇ, ਕਹਿੰਦੇ ਮਾਂ-ਬਾਪ ਨੂੰ ਲਿਆ ਤਰਸ ਕਰ ਲੈਣ। ਇਹ ਸੱਚ ਆ ਬਈ, ਗੱਲ ਇਹ ਸਾਰੀ ਸੱਚ ਆ। ਜਿਹੜੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਰਨਾ ਮੰਗਦੇ ਆ, ਫਿਰ ਹਲਕੇ 'ਚ ਬਾਹ ਪਾ ਕੇ ਲਵਾਂਗੇ, ਇਹ ਭਗਵੰਤ ਮਾਨ ਨੂੰ ਸਿੱਧੀ ਚਿਤਾਵਨੀ ਆ ਸਾਡੀ। ਲੋਕ ਸਭਾ ਇਲੈਕਸ਼ਨ ਆਉਂਦਾ, ਅਸੀਂ ਇਹਨਾਂ ਨੂੰ ਬਾਈਕਾਟ ਕਰਾਂਗੇ, ਕੋਈ ਵੋਟ ਨਹੀਂ ਪਾਉਣੀ। ਪੰਜਾਬ ਵਾਲਿਆਂ ਨੂੰ ਵੀ ਕਹਿੰਦੇ ਆ ਵੋਟ ਨਾ ਪਾਓ, ਇਹ ਝੂਠ ਬੋਲਦੇ ਨੇ, ਝੂਠ ਦੀ ਸਰਕਾਰ। ਉਦੋਂ ਪੰਜਾਬ ਕੀ ਨਾਲ ਹਰਿਆਣਾ ਵੀ ਇਕੱਠਾ ਹੋ ਗਿਆ ਸੀ, ਹੋਰ ਸੂਬੇ ਵੀ ਦੇਸ਼ ਭਰ ਦਾ ਅੰਦੋਲਨ ਬਣ ਗਿਆ ਸੀ, ਹੁਣ ਕੀ ਲੱਗਦਾ ਵੀ ਉਹ ਜਿਹੜੇ ਇਕੱਠ ਹੋਇਆ ਸੀ ਪੰਜਾਬੀ ਵੀ ਹੁਣ ਤੁਹਾਡੇ ਨਾਲ ਨਹੀਂ ਖੜੇ, ਜਾਂ ਤੁਸੀਂ ਪੰਜਾਬੀਆਂ ਤੱਕ ਪਹੁੰਚ ਨਹੀਂ ਕਰ ਪਾਏ? ਨਹੀਂ ਜੀ, ਸਾਰੇ ਨਾਲ ਖੜੇ ਆ, ਕਿਸਾਨ ਮੋਰਚਾ ਸਾਡੇ ਨਾਲ ਖੜਾ ਜੀ। 7 ਤਰੀਕ ਨੂੰ ਸਾਡੀ ਮੀਟਿੰਗ ਆ, ਇਸ ਸਾਡਾ ਕੋਈ ਰਿਜ਼ਲਟ ਨਿਕਲੂਗਾ ਤਾਂ ਮੀਟਿੰਗ 'ਚ ਅਸੀਂ ਫੈਸਲਾ ਲਵਾਂਗੇ। ਤਸਵੀਰਾਂ ਜੋ ਚੱਕੀਆਂ ਹੋਈਆਂ ਨੇ ਤੁਹਾਡੇ ਪਰਿਵਾਰਕ ਮੈਂਬਰ? ਹਾਂਜੀ, ਫਾਦਰ ਹੈ ਜੀ ਮੇਰੇ, ਪਿਤਾ ਜੀ ਇੱਥੇ ਅੰਦੋਲਨ 'ਚ ਦੌਰਾਨ ਇਹਨਾਂ ਦੀ ਸ਼ਹੀਦ ਹੋ ਗਈ। ਯਾਨੀ ਕਿ ਫਿਲਹਾਲ ਇਹਨਾਂ ਦਾ ਫੈਸਲਾ ਇਹੀ ਆ ਕਿ ਤੁਸੀਂ OSD ਨੂੰ ਮਿਲੋ ਜਾਂ ਦੇਖੋ ਜੀ। OSD ਬਰਾੜ ਨੂੰ ਅਸੀਂ ਇਹਨਾਂ ਕਿੰਨੀ ਵਾਰ ਮਿਲ ਲਏ, ਕੀ ਫਾਇਦਾ ਜੀ ਉਹਨਾਂ ਨੂੰ ਮਿਲ ਕੇ? ਮਿਲ ਲੈਂਦੇ ਆ, ਕੋਈ ਚੱਕਰ ਨਹੀਂ ਇਹੋ ਜਿਹਾ, ਪਰ ਦੇਣਾ ਸਾਨੂੰ ਡਰ ਜਾਂ ਉਹਨਾਂ ਜਾਂ ਤਾਂ ਲਿਖ ਕੇ ਦੇ ਦਿਓ ਅੱਜ ਹੀ, ਅੱਜ ਪੱਕਾ ਲਿਖ ਕੇ ਦੇ ਦੇਣ ਭਾਈ ਆ, ਅਸੀਂ ਤੁਹਾਨੂੰ 2-4 ਦਿਨ 10 ਦਿਨ ਦੇਣੇ, ਪੱਕਾ ਲਿਖ ਕੇ ਦੇ ਦਿਓ, ਅਸੀਂ ਸਬਰ ਕਰ ਲਾਂਗੇ, ਇੰਨੇ 10 ਦਿਨ ਵੀ ਕਰ ਲਾਂਗੇ। ਪਰ ਅਸੀਂ ਮੁੱਖ ਮੰਤਰੀ ਨੂੰ ਮਿਲਣ ਆਇਆ, ਸਾਡੀ ਚੰਡੀਗੜ੍ਹ ਰਾਜਧਾਨੀ ਆ ਪੰਜਾਬ ਦੀ, ਉਹਨਾਂ ਨੂੰ ਵੀ ਮਿਲਣ ਆਇਆ। ਲਾਲ ਇਹਨਾਂ ਦਾ ਕਹਿਣਾ ਕਿ ਤੁਸੀਂ ਜਾਣਾ ਨਹੀਂ ਚੰਡੀਗੜ੍ਹ? ਹਾਂਜੀ, ਰੋਕਿਆ ਜਾਊਗਾ? ਹਾਂਜੀ, ਇਹ ਤਾਂ 100% ਹੀ ਰੋਕ, ਕੋਸ਼ਿਸ਼ ਕਰੋਂਗੇ ਜਾਊਂਗੇ ਫਿਰ ਵੀ? ਨਹੀਂ, ਇਹਨਾਂ ਨੇ 5 ਮੈਂਬਰ ਕਿਹਾ ਜੀ, ਸਾਡੇ ਅਸੀਂ ਚਾਹੁੰਦੇ ਹਾਂ ਸਾਰੇ ਪਰਿਵਾਰ ਜਾਣ ਹੀ, ਵਧੀਆ ਗੱਲ ਹੈ। ਅਤੇ ਪਰ ਸਾਡਾ ਆਏ ਨਾ ਹੋਵੇ ਲਾਰਾ ਮਿਲ ਜਾਵੇ ਜੀ, ਮਿੱਠੀ ਗੋਲੀ ਦੇ ਤੀ, ਉਹ ਗਲਤ ਗੱਲ ਹੈ। ਕੀ ਇਹਨਾਂ ਦਾ ਕਹਿਣਾ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ 5 ਪਰਿਵਾਰ ਜਾਓ, ਤੁਹਾਡੀ ਰਜ਼ਾਮੰਦਗੀ ਹੈ ਉਸ ਗੱਲ 'ਤੇ ਜਾਂ 5 ਮੈਂਬਰ? ਤਾਂ 5 ਪਰਿਵਾਰਾਂ 'ਤੇ ਰਜ਼ਾਮੰਦਗੀ ਨਹੀਂ। ਦੂਜੀ ਗੱਲ ਹੈ, OSD ਦੇ ਨਾਲ ਹੀ ਕੋਈ ਗੱਲ ਨਹੀਂ ਹੈ ਕਿ OSD ਕੋਈ ਸਮਰੱਥ ਲੈਵਲ ਦੀ ਜਿਹੜੇ ਆ ਉਹ ਕੋਦਕਾਰੀ ਨਹੀਂ ਕਿ ਉਹ ਸਾਡੇ ਨਾਲ ਜਿਹੜੀ ਆ ਤਸੱਲੀ ਬਖਸ਼ ਗੱਲ ਕਰ ਸਕਣ। 4 ਮੀਟਿੰਗਾਂ ਮੁੱਖ ਮੰਤਰੀ ਸਾਡੇ ਨਾਲ ਕਰਕੇ ਅਤੇ ਅਜੇ ਤੱਕ 1 ਪਰਿਵਾਰ ਨੂੰ ਨੌਕਰੀ ਨਹੀਂ ਮਿਲੀ। 10 ਮੀਟਿੰਗਾਂ ਜਿਹੜੀਆਂ ਨੇ ਉਹ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈਆਂ ਅਤੇ ਅਜੇ ਤੱਕ ਉੜਾੜਾ ਵੀ ਨਹੀਂ ਲਿਖਿਆ ਇਹਨਾਂ ਨੇ। ਅਤੇ ਅਸੀਂ ਤਾਂ, ਮੈਂ ਤਾਂ ਇਹ ਵੀ ਗੱਲ ਕਰਦਾ, ਅਸੀਂ ਤਾਂ ਇਹਨਾਂ ਨੂੰ ਮਿਲਦੇ ਹੀ ਨਹੀਂ। ਇਹ ਜਿਹੜੇ ਮਤਲਬ ਇਹਨਾਂ ਨੇ ਸਾਡੇ ਨਾਲ December 15 ਨੂੰ ਸਰਕਟ ਹਾਊਸ ਦੇ ਵਿੱਚ, ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਡਾਇਰੈਕਟਰ ਸੀਗੇ, ਸਾਰੇ ਮਹਿਕਮਿਆਂ ਦੇ ਜਿਹੜੇ ਉੱਥੇ IAS ਔਫਿਸਰ ਬੈਠੇ ਸੀਗੇ, ਸਕੱਤਰ ਸੀਗੇ ਉੱਥੇ ਸਾਰੇ, ਉੱਥੇ ਮੰਨੇ ਆ ਕਿ ਮਤਲਬ 130 ਕੇਸ ਜਿਹੜੇ ਨੇ ਉਹ ਬਿਲਕੁਲ ਰੈਡੀ ਨੇ। ਯਾਰ, ਏਡੀ ਨਲਾਇਕ ਗੌਰਮੈਂਟ ਕਿਹੜੀ ਹੋਊਗੀ? ਬਿਲਕੁਲ ਰੈਡੀ ਤੋਂ ਭਾਵ ਕਮੀ ਕਿੱਥੇ ਆ ਫਿਰ? ਪੂਰਾ ਕੋਈ ਕਮੀ ਨਹੀਂ ਜੀ, ਉਹਨਾਂ ਦੱਸਿਆ ਉਹਦੇ 'ਚ ਕੋਈ ਕਮੀ ਨਹੀਂ। ਬਾਕੀਆਂ ਦੀ ਜਾਂਚ ਪੜਤਾਲ ਚੱਲ ਰਹੀ ਆ, ਅਸੀਂ ਉੱਥੇ ਗੱਲ ਕਹੀ ਸੀ ਵੀ ਤੁਸੀਂ ਜੇ ਬਾਕੀ ਦੀ ਜਾਂਚ ਪੜਤਾਲ ਚੱਲ ਰਹੀ ਆ ਉਹਨਾਂ ਦੀ ਜਾਂਚ ਕਰ ਲਓ, ਲੇਕਿਨ ਜਿਹੜੇ 130 ਤਿਆਰ ਨੇ ਉਹਨਾਂ ਨੂੰ ਤਾਂ ਅਪੁਆਇੰਟਮੈਂਟ ਲੈਟਰ ਦੇ ਦਿਓ। ਠੀਕ ਹੈ, ਇਹ ਜਿਹੜੇ ਤਿਆਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਕਿਉਂ ਨਹੀਂ ਦਿੰਦੇ? ਅਸੀਂ ਇਹਨਾਂ ਨੂੰ ਮਿਲ ਕੇ ਇਹਨਾਂ ਨਾਲ ਤਸਵੀਰਾਂ ਥੋੜ੍ਹਾ ਖਿਚਾਉਣੀਆਂ ਨੇ ਕਿ ਅਸੀਂ ਇਹਨਾਂ ਨਾਲ ਤਸਵੀਰਾਂ ਖਿਚਾਉਣ ਆਉਂਦੇ ਆ ਜਾਂ ਕੋਈ ਅਸੀਂ ਇਹਨਾਂ ਤੋਂ ਕੋਈ ਕੱਚਾ ਦਾ ਕੱਪ ਛਕਣ ਜਾਂਦੇ ਹਾਂ? ਬਿਲਕੁਲ ਨਹੀਂ। ਜੇ ਉਹ ਰੋਕ ਰਹੇ ਆ ਵੀ 5 ਜਣਿਆਂ ਤੋਂ ਜ਼ਿਆਦਾ ਅਸੀਂ ਜਾਣ ਨਹੀਂ ਦੇਣੇ, ਤੁਸੀਂ ਜਾਓਗੇ ਜਾਂ ਕੀ ਐਕਸ਼ਨ ਪਲਾਨ? ਦੇਖੋ, ਪਹਿਲੀ ਗੱਲ ਆ, ਹਰ ਜ਼ਿਲ੍ਹੇ ਤੋਂ 1 ਨੁਮਾਇੰਦਾ ਤਾਂ ਜਾਏਗਾ। ਠੀਕ ਹੈ, 5 ਨੂੰ ਜਦੋਂ ਅਸੀਂ ਜਾਣਾ ਪੀਸਫੁੱਲੀ ਹੈ ਤਾਂ ਫਿਰ ਤਾਂ ਐਂ ਦਾ ਕੋਈ ਮੈਟਰ ਨਹੀਂ, ਜਾਵਾਂਗੇ ਅਸੀਂ ਸਾਰੇ ਜਾਵਾਂਗੇ, ਇਹਨਾਂ ਦਾ ਜੋ ਇਹਨਾਂ ਤੋਂ ਕਾਰਵਾਈ ਹੁੰਦੀ ਹੈ ਕਰ ਲੈਣ। ਯਾਰ, ਸ਼ਹੀਦ ਪਰਿਵਾਰ ਨੇ ਉਹ ਆਪਣਾ ਹੱਕ ਲੈਣ ਵਾਸਤੇ ਮੰਨੀਆਂ ਹੋਈਆਂ ਮਤਲਬ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਅਸੀਂ ਜਾ ਰਹੇ ਹਾਂ, ਅਤੇ ਫਿਰ ਵੀ ਜੇ ਸਾਡਾ ਕੋਈ ਰਸਤਾ ਰੋਕਣਗੇ ਤਾਂ ਫਿਰ ਉਹ ਮਨੁੱਖ ਤਾਂ ਨਹੀਂ ਹੋਣਗੇ ਨਾ? ਤੁਸੀਂ ਹੁਣੇ ਚਾਲਾ ਜ਼ਰੂਰ ਪਾਓਗੇ ਇੱਕ ਵਾਰੀ ਜੀ? ਅਸੀਂ ਤਾਂ ਜਾਵਾਂਗੇ ਜੀ, ਫਿਰ ਇਸ ਗੱਲ 'ਚ ਕੋਈ ਸ਼ੱਕ ਨਹੀਂ।